ਚਿੜੀ ਢਾਬੇ ਤੇ ਇੱਕ ਔਰਤ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਦਰਅਸਲ ਪਰਿਵਾਰਕ ਮੈਂਬਰਾਂ ਦੇ ਉੱਪਰ ਹੀ ਕੁੱਟਮਾਰ ਦੇ ਇਲਜ਼ਾਮ ਲੱਗੇ ਨੇ। ਜਾਣਕਾਰੀ ਅਨੁਸਾਰ ਔਰਤ ਨੇ ਦੱਸਿਆ ਕਿ ਇਹ ਚਿੜੀ ਢਾਬਾ ਜੋ ਸੀ ਉਸਦੇ ਸਹੁਰੇ ਦੇ ਨਾਮ ਤੇ ਸੀ, ਪਰ ਜਦੋਂ ਸਹੁਰੇ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਸਦੇ ਪਤੀ ਦੇ ਵੱਲੋਂ ਇਸ ਢਾਬੇ ਨੂੰ ਚਲਾਇਆ ਜਾਂਦਾ ਹੈ। ਪਰ ਕੁਝ ਸਮੇਂ ਬਾਅਦ ਹੀ ਉਸਦੇ ਪਤੀ ਦੀ ਜਦੋਂ ਮੌਤ ਹੋ ਜਾਂਦੀ ਹੈ ਤਾਂ ਉਸਦੇ ਚਾਚਾ ਸਹੁਰਾ ਦੇ ਵੱਲੋਂ ਇਸ ਢਾਬੇ ਦੇ ਉੱਤੇ ਕਬਜ਼ਾ ਕਰ ਲਿਆ ਜਾਂਦਾ ਹੈ। ਤੇ ਜਦੋਂ ਉਹ ਹੁਣ ਆਪਣਾ ਹੱਕ ਮੰਗਣ ਦੇ ਲਈ ਇਸ ਢਾਬੇ ਦੇ ਉੱਤੇ ਪਹੁੰਚੀ ਤਾਂ ਉੱਥੇ ਉਸਦੇ ਚਾਚੇ ਸਹੁਰੇ ਅਤੇ ਕੁਝ ਹੋਰ ਨੌਜਵਾਨਾਂ ਦੇ ਵੱਲੋਂ ਉਸਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ। ਉਸਦੇ ਨਾਲ ਗਾਲੀ ਗਲੋਚ ਕੀਤਾ ਜਾਂਦਾ ਹੈ ਤੇ ਉਸਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਈ ਹੈ ਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਜਿੱਥੇ ਕਿ ਚਿੜੀ ਢਾਬੇ ਦੇ ਉੱਤੇ ਇੱਕ ਔਰਤ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਹਾਲਾਂਕਿ ਇਸ ਦੌਰਾਨ ਇੱਕ ਔਰਤ ਜਦੋਂ ਢਾਬੇ ਦੇ ਉੱਤੇ ਦਾਲ ਲੈਣ ਦੇ ਲਈ ਪਹੁੰਚਦੀ ਹੈ, ਉਸਦੇ ਵੱਲੋਂ ਜਦੋਂ ਦੇਖਿਆ ਜਾਂਦਾ ਹੈ ਕਿ ਔਰਤ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ, ਤਾਂ ਉਸਦੇ ਵੱਲੋਂ ਜਦੋਂ ਇਸ ਗੱਲ ਦਾ ਵਿਰੋਧ ਕੀਤਾ ਜਾਂਦਾ ਹੈ ਤਾਂ ਜੋ ਔਰਤ ਦਾ ਚਾਚਾ ਸਹੁਰਾ ਹੈ ਉਹ ਦੂਸਰੀ ਔਰਤ ਦੇ ਨਾਲ ਵੀ ਕੁੱਟਮਾਰ ਕਰਦਾ ਹੈ ਅਤੇ ਉਸਨੂੰ ਵੀ ਗਾਲਾਂ ਕੱਢੀਆਂ ਜਾਂਦੀਆਂ ਨੇ। ਹਾਲਾਂਕਿ ਹੁਣ ਦੋਵੇਂ ਹੀ ਔਰਤਾਂ ਹਸਪਤਾਲ ਦੇ ਵਿੱਚ ਦਾਖਲ ਕਰਵਾਈਆਂ ਗਈਆਂ ਨੇ। ਪੁਲਿਸ ਪ੍ਰਸ਼ਾਸਨ ਦੇ ਕੋਲ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ। ਸਰ, ਇਹ ਢਾਬਾ ਮੇਰੇ ਸਹੁਰਾ ਸਾਹਿਬ ਪਹਿਲਾਂ ਚਲਾਉਂਦੇ ਸੀ, ਉਹ ਐਕਸਪਾਇਰ ਹੋ ਗਏ। ਉਸ ਤੋਂ ਬਾਅਦ ਮੇਰੇ ਹਸਬੈਂਡ ਗੋਪਾਲ ਕ੍ਰਿਸ਼ਨ ਉਹ ਚਲਾਉਂਦੇ ਸੀ, ਉਹ ਵੀ ਐਕਸਪਾਇਰ ਹੋ ਗਏ। ਇਹ ਚਾਚਾ ਜੀ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਢਾਬੇ 'ਤੇ। ਅਤੇ ਅਸੀਂ ਕੋਈ ਪੁਲਿਸ ਕੰਪਲੇਂਟ ਦਿੱਤੀ ਸੀ? ਹਾਂਜੀ, ਇਸ ਸੰਬੰਧੀ ਅਸੀਂ SSP ਨੂੰ ਕੰਪਲੇਂਟ ਪਾਈ। ਇੱਕ ਮੰਥ ਹੋ ਗਿਆ ਅਤੇ ਉਹਨਾਂ ਵੱਲੋਂ ਵੀ ਕੋਈ ਹਜੇ ਤੱਕ ਕਾਰਵਾਈ ਨਹੀਂ ਹੋਈ। MC ਵਗੈਰਾ ਨੂੰ, ਮਹੱਲੇ ਵਾਲਿਆਂ ਨੂੰ ਪਾ ਕੇ ਆਪਾਂ ਇਹ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਮਗਰ ਕੋਈ ਵੀ ਫੈਸਲਾ ਹਜੇ ਤੱਕ ਸਿਰੇ ਨਹੀਂ ਚੜ੍ਹਦਾ ਪਿਆ। ਤਾਂ ਫਿਰ ਕੱਲ੍ਹ ਕੀ ਹੋ ਗਿਆ? ਕੱਲ੍ਹ ਕੀ ਕੋਈ ਫੈਸਲਾ ਨਹੀਂ ਹੋਇਆ ਘਰ, ਅਤੇ ਫਿਰ ਮੈਂ ਢਾਬੇ 'ਤੇ ਗੱਲ ਕਰਨ ਗਈ ਇਹਨਾਂ ਨਾਲ। ਇਹਨਾਂ ਨੇ ਉੱਥੇ ਪਹਿਲੇ ਹੀ ਬੰਦੇ ਵਗੈਰਾ ਸੱਦੇ ਹੋਏ ਸੀ ਅਤੇ ਤਿਲਕ ਰਾਜ ਜੋ ਮੇਰੇ ਚਾਚਾ ਸਹੁਰਾ ਜੀ ਆ, ਉਹਨਾਂ ਨੇ ਮੈਨੂੰ ਹੱਥਾਪਾਈ ਕੀਤੀ, ਉਹਨਾਂ ਨੇ ਮੈਨੂੰ ਕੁੱਟਿਆ। ਅਤੇ ਉੱਥੇ ਗੋਲਡੀ ਇੱਕ ਮੁੰਡਾ ਆ ਅਤੇ ਇੱਕ ਟਿੰਗੂ ਆ, ਉਹਨਾਂ ਨੇ ਵੀ ਹੱਥੋਪਾਈ ਹੋਈ। ਤਾਂ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਮੈਂ ਇਹ ਮੰਗ ਕਰਦੀ ਹਾਂ, ਮੇਰੇ ਛੋਟੇ ਛੋਟੇ ਦੋ ਬੱਚੇ ਆ, ਮੈਨੂੰ ਮੇਰਾ ਹੱਕ ਦਵਾਇਆ ਜਾਵੇ। ਕਿਸ ਤਰੀਕੇ ਨਾਲ ਤੁਸੀਂ ਆਪਣੀ ਜਾਨ ਬਚਾਈ ਉੱਥੇ? ਜਦੋਂ ਮਾਰਕੁੱਟ ਹੋਈ ਉੱਥੇ ਨਾ ਢਾਬੇ 'ਤੇ ਲੇਡੀਜ਼ ਸੀ, ਦਾਲ ਲੈਂਦੇ ਪਏ ਸੀ ਅਤੇ ਉਹਨਾਂ ਨੇ ਮੇਰੀ ਹੈਲਪ ਕੀਤੀ ਹੈ। ਸਰ, ਮੈਂ ਲੈਣ ਗਈ ਸੀ ਦਾਲ, ਉੱਥੋਂ ਦਾਲ ਲੈਣ ਗਈ ਸੀ। ਇਹ ਕੁੜੀ ਦਾ ਸਹੁਰਾ ਜਿਹੜਾ ਇਹਦੇ ਨਾਲ ਬਦਤਮੀਜ ਨਾਲ ਬੋਲਦਾ ਸੀ। ਮੈਂ ਕਿਹਾ ਕੀ ਹੋਇਆ? ਮੈਂ ਇਹਦੀ ਹੈਲਪ ਕੀਤੀ, ਮੈਨੂੰ ਵੀ ਮੇਰੇ ਵੀ ਮਾਰੀਆਂ ਉਹਨਾਂ ਨੇ ਚਪੇੜਾਂ। ਮੈਨੂੰ ਸਾਫ ਚਾਹੀਦਾ, ਜਿਹੜਾ ਮੈਨੂੰ ਕਹਿਦਾ ਸਰ ਕਹਿੰਦਾ ਵੀ ਦੂਜਾ ਮਾਰਾ ਇਹ ਕਹਿ ਕੇ ਮੁੜ ਕੇ ਕਹਿੰਦਾ ਬੋਲਦਾ ਹੁੰਦਾ ਉਹਨੇ ਬੋਲਿਆ ਜਿੱਦਾਂ। ਮੈਂ ਦਾਲ ਲੈਣ ਗਈ ਸੀ।